हैलो। हाँ जी, सत श्री अकाल जी सारिआं नूं। पिंड पंजाब दे चैनल ते तुहाडा स्वागत है। टाइम सवेर दा ही 7 बजे ने ते अज सैकंड सैटरडे दी छुट्टी आ। सारे सुरो ने नहीं, 7 बजे मैं रोटी बनाउणी हुंदी है क्योंकि रिपर हुणां जाणा हुंदा छेती। बस मझां मुझां नवा के आपां उधरों गुहा गुहा चक्किआ गा। मनवीर प्याज कट रही है कि आलू आपां उबाल दित्ते ने। आलू वाले परौंठे बनाउणे आ। किन्ने बजे जाओगे तुसीं? पर चल मैं कम्म धंधा करके जी, कम्म भी पैने जी करने वाले। रोटी टुक दी तैयारी करदे आ। मास्टर जी अंदर बैठे बैठे सारे बड़ी सुस्ती चढ़ गई। छुट्टी आ गए तुसे सुस्ती चढ़ा ली है? छुट्टी आ गए तो सुस्ती चढ़ा ली। और दा छुट्टी है और ओ की लुड़ी होनी है। हां जी, क्या बजे तक जाऊंगा? हम भी लोग प्याज कट देंगे। मैं लाऊंगी आ परौंठे। रोटी खानी है, रोटी खा ले तो तोरियां ही सब्जी फिर मारी करो। मेरा नहीं खाने तो जैसा आई ने कहा ही मुझे फिर बना दे दोबारा फिर मार जावा। मारा कदे हरी मिर्च कट दिंदी क्यों? मूंह चा दिंदे मूंह मचा दिंदे भांडे मांजे अंदर नहीं ले जाने होंगे घटो घटो तो उठे तो रख लिया करो। जिथे चाह पीने उ सीट दें। जिथे पानी पी लो गिलास नहीं चकना, जिथे चाह पी ली उतो कोई कप प्लेट नहीं चकनी। भी घटो घट रसोई चा लै जो। देखी फोन सुती तेरा मैच लग रहा है अज। तेरा मैच मम्मा तो भी लगना ला। मैं ना गलती फोन पा देनी आ। तेरे हाथ वेले हो जाने तो सुनी जाऊंगा। और जानना है रोक तो इधर ना आ देना। मैं तो साड़ दे सुती है ये फिर मोबाइल देखना। मिस्त्री चा ले जा करो। लो जी आप ब्रेकफास्ट बना लिया खा लिया ते चाह करी आज मिस्त्री हम चाह भी लेट हो गई। जाऊंगी डेज़ उसी। पट्टी पैर पाओ जो है ना वो पट्टी चल दी खराब है। आगे पाले कल बेली हो। मैं बेली नहीं करना। फिर उन्हें आलो होना। नौ तो बज गए। नौ तो भी 9:30 हो गए होने। ਤੇਰੀ ਬਣੂ ਦੇ ਦੇਣੇ ਕਿਤੇ ਡੈਡੀ ਨੂੰ ਕੁਛ ਹੋ ਗਈ।
ਵੱਡੀ ਏਜ ਹੁੰਦਾ ਉਹਨਾਂ ਦਾ ਕਈ ਵਾਰੀ ਬੱਚੇ ਸਕੂਲਾਂ ਚ ਵੀ ਬੱਚੇ ਨਾਲ ਹੋਇਆ ਵੀ ਹਾਏ ਮੇਰੇ ਮੰਮੀ ਡੈਡੀ ਤਾਂ ਐਡੀ ਉਮਰ ਦੇ ਨੇ ਹਨਾ ਵੀ
चलो जी आपां तैयार व्यार हो जाइए। फोटो भेजी मेन किताबा चाह पी ली लिया रसोई कुड़ी तो बालियां चीका मार दी है। रिप ने कहना कहना मेरा दिमाग हलन वाला करता बालियां चीका छड़ दी ਬੰਨਣ ਵਾਲੀ ਕੰਮ ਅੱਜ ਤਾਂ ਇਹਦਾ ਪਹਿਲਾਂ ਮਾਸਟਰ ਜੀ ਕਹਿ ਕੇ ਹਟੇ ਆ ਰੱਸੀ ਪਾ ਕੇ ਬੰਨੋ ਬਿੰਦਕ ਬਾਅਦ ਸੂਟ ਲਾ ਲਿਆਉਂਦੇ ਤਾਂ ਤਾਂ ਮੰਮੀ ਨੂੰ ਕਹਿੰਦੇ ਮੰਮਾ ਤੇਰਾ ਆਹ ਮੇਰਾ ਹੈ ਮੇਰੀ ਘੱਗਰੀ ਸਮਾ ਦੀ ਕਹਿੰਦੀ ਇਹਦੀ ਗੁਰਲੀਨ ਨਾਲ ਗੁਰਲੀਨ ਇਹਦੀ ਗੱਲਾਂ ਮੰਨੀ ਜਾਂਦੀ ਹੈ ਉਹ ਡਿੱਗੀ ਅੱਜ ਆਪਾਂ ਚੱਲ ਪਏ ਆਂ ਘਰ ਤੋਂ ਅਮਰਗੋਟ ਲੈ ਆ ਗਏ ਆਪਾਂ ਭੈਣ ਕੇ ਪਿੰਡ ਉਸ ਸਮੇਂ ਰਸਤੇ 'ਚ ਮਿਲਨੇ ਆ ਪਤਾ ਨਹੀਂ ਉਹ ਉਧਰ ਨੂੰ ਜਾਂਦੇ ਹੋਣ ਕਈ ਵਾਰੀ ਉਹ ਸਨਾਮ ਜਾਂਦੇ ਜਾਂਦੇ ਰੁਕ ਜਾਂਦੇ ਨੇ ਅਸੀਂ ਦੱਸ ਕੇ ਵੀ ਆਏ ਵੀ ਅਸੀਂ ਅੱਜ ਉਧਰ ਨੂੰ ਜਾਵਾਂਗੇ ਮੰਮੀ ਨਾਲ ਉਦੋਂ ਮੇਰੀ ਗੱਲ ਹੋਈ ਸੀ ਮੈਂ ਉਦੋਂ ਉਹਨਾਂ ਨੂੰ ਕਹਿਤਾ ਸੀ ਮੈਂ ਅਸੀਂ ਛੁੱਟੀ ਵਾਲੇ ਦਿਨ ਆਵਾਂਗੇ ਸ਼ਨੀਵਾਰ ਜਾਂ ਐਤਵਾਰ ਨੂੰ ਦੇਖਦੇ ਹਾਂ ਜਿਸ ਤਰ੍ਹਾਂ ਛੁੱਟੀ ਹੋਈ ਬਸ ਮਨਵੀਰ ਹੀ ਆ ਇਕੱਲੀ ਨਾਲ ਉਹਨਾਂ ਦਾ ਟਿਊਸ਼ਨ ਲੱਗੂਗਾ 12 ਵਜੇ ਉਹ ਕਹਿੰਦੇ ਮੰਮਾ ਅਸੀਂ ਟਿਊਸ਼ਨ ਤੋਂ ਛੁੱਟੀ ਨਹੀਂ ਮਾਰਦੇ ਜੇ ਰਾਤ ਰਹੋਗੇ ਗੁਰਲੀਨ ਕਹਿੰਦੀ ਤਾਂ ਮੈਂ ਵਗ ਜੂ ਹੁਣ ਜੇ ਆਥ ਨੂੰ ਮੁੜੋਗੇ ਫਿਰ ਨਹੀਂ ਮੈਂ ਜਾਂਦੀ ਹੈਗੀ ਰਾਤ ਦਾ ਹੀ ਔਖਾ ਆ ਸਾਡਾ ਘਰੇ ਹੈ ਨਾ ਡੰਗਰ ਪਸ਼ੂ ਦਾ ਔਖਾ ਹੋ ਜਾਂਦਾ ਹੈਗਾ ਮੱਛਰ ਬੜਾ ਟਾਈਮ ਹੈ ਪਸ਼ੂ ਖੁੱਲ ਗਿਆ ਸਾਰਾ ਗਾਹ ਪਾ ਦਿੱਤਾ ਇਸ ਕਰਕੇ ਰਹਿ ਨਹੀਂ ਸਕਦੇ ਕੰਮ ਦਾ ਵੀ ਔਖਾ ਹੋ ਜਾਂਦਾ ਸਾਰੇ ਕਾਸੇ ਦਾ ਹੀ ਜੇ ਪਹਿਲਾਂ ਤੋਂ ਪਲੈਨਿੰਗ ਹੋਵੇ ਵੀ ਰਹਿਣਾ ਫਿਰ ਘਰੇ ਆਪਾਂ ਕਿਸੇ ਸਪੈਸ਼ਲ ਬੰਦੇ ਨੂੰ ਛੱਡਦੇ ਹਾਂ ਕਹਿਣਾ ਪੈਂਦਾ ਭਾਈ ਤਾਂ ਜਿਵੇਂ ਰਾਤ ਜਾਣਾ ਨਹੀਂ ਘਰੇ ਰਹਿਣਾ ਫਿਰ ਤਾਂ ਠੀਕ ਹੈ ਨਹੀਂ ਘਰ ਸੁਣਨਾ ਸੱਜਣ ਵਾਲਾ ਨਹੀਂ ਹੈਗਾ ਚਲੋ ਚੱਲਦੇ ਹਾਂ ਆਪਾਂ लो जी
ਆਪਾਂ ਪਹੁੰਚ ਚੁੱਕੇ ਹਾਂ ਪਿੰਡ ਜੀ। ਸਾਡੇ ਪਿੰਡ ਦਾ ਨਾਮ ਹੈਗਾ ਜੀ ਰਾਜੀਆ ਰਾਜੀਆ ਪੰਧੇਰ। ਜਿਹੜੇ ਵੀਵਰਸ ਨਵੇਂ ਆਏ ਨੇ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦੀ ਹਾਂ ਜੀ, ਅਤੇ ਬਰਨਾਲੇ ਜ਼ਿਲ੍ਹੇ 'ਚ ਪਿੰਡ ਪੈਂਦਾ ਇਹ। ਪਹਿਲਾਂ ਸੰਗਰੂਰ 'ਚ ਸੀ, ਜਦੋਂ ਜ਼ਿਲ੍ਹਾ ਬਰਨਾਲਾ ਬਣ ਗਿਆ ਸੀ ਫਿਰ ਇੱਧਰ ਪਾਤਾ ਸੀ ਜੀ। ਤਹਿਸੀਲ ਧਨੌਲਾ, ਜ਼ਿਲ੍ਹਾ ਬਰਨਾਲਾ, ਧਨੌਲਾ ਪਤਾ ਨਹੀਂ ਬਰਨਾਲਾ, ਯਾਦ ਨਹੀਂ ਮੇਰੇ। ਠੀਕ ਹੈ ਜੀ, ਪਹਿਲਾਂ ਤਹਿਸੀਲ ਬਰਨਾਲਾ ਹੁੰਦੀ ਸੀ, ਜ਼ਿਲ੍ਹਾ ਸੰਗਰੂਰ ਹੁੰਦਾ ਸੀ, ਹੁਣ ਤਹਿਸੀਲ ਪਤਾ ਨਹੀਂ ਕਿਹੜੀ ਆ। ਰਾਜੀਆ ਪੰਧੇਰ ਜਿੱਥੇ ਕਾਕੜਾ ਨਾ ਵੇਰ, ਹੈ ਨਾ, ਕਹਾਵਤ ਬਣੀ ਹੋਈ ਆ, ਪਰ ਕਾਕੜਾ ਵੇਰ ਵਾਲੀ ਕੋਈ ਗੱਲ ਨਹੀਂ। ਬਹੁਤ ਸੋਹਣੀਆਂ ਫਸਲਾਂ ਹੁੰਦੀਆਂ ਨੇ, ਵਧੀਆ ਸੋਹਣੀ ਉਪਜਾਊ ਧਰਤੀ ਹੈ, ਅਤੇ ਚਹਿਲਾਂ ਦਾ ਪਿੰਡ ਆ ਇਹ ਸਾਰਾ। ਰਾਜੀਆ ਪੰਧੇਰ, ਮੋਜੋ, ਮੱਤੀ, ਅਲੀ ਸੇਰ, ਅਤਲਾ, ਇਹ ਸਾਰੇ ਜੋਗੀ ਪੀਰ ਨੂੰ ਮੰਨਦੇ ਨੇ ਜੀ। ਸਾਰੇ ਪਿੰਡ ਨੇ ਜਿਹੜੇ ਇਹ ਚਹਿਲਾਂ ਦੇ ਨੇ। ਸਾਡਾ ਪੇਕਿਆਂ ਗੋਤ ਵੀ ਮੇਰਾ ਚਹਿਲ ਹੈ। ਠੀਕ ਹੈ, ਲਓ ਜੀ ਆਪਾਂ ਪਹੁੰਚ ਚੁੱਕੇ ਹਾਂਗੇ, ਅਤੇ ਗੇਟ ਗੂਟ ਖੋਲ੍ਹਦੀ ਆਪਾਂ। ਘਰ ਵਾਲੀ ਪਤਾ ਨਹੀਂ ਕਿੱਥੇ ਬੜੇ ਬੈਠੇ ਨੇ ਅੰਦਰ, ਆਵਾਜ਼ ਨਹੀਂ ਸੁਣੀ ਹੈਗੀ। ਮੇਰੇ ਮਾਮੇ ਜਦੋਂ ਮਰ ਗਏ ਫਿਰ ਉਹ ਜੁਆਇਨ।